ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਪਫੁਲੀ ਸਾਰੇ ਬੜੇ ਆਰਾਮ ਨਾਲ ਬੈਠੇ ਹੋ। ਬੱਚਿਆਂ ਦੀਆਂ ਅੱਜ ਕੱਲ੍ਹ ਜ਼ਿਆਦਾਤਰ ਛੁੱਟੀਆਂ ਨੇ, ਸੋ ਯੂ ਨੋ ਮੇ ਬੀ ਦੇ ਆਰ ਜੁਆਇਨਿੰਗ ਅਸ ਟੂ। ਔਰ ਨਿਊਯਾਰਕ ਦੇ ਵਿੱਚ ਬੜਾ ਮੁਸਲਾਧਾਰ ਬਾਰਿਸ਼ ਹੋ ਰਹੀ ਹੈ ਇਸ ਵੇਲੇ, ਸੋ ਸਟਾਫ ਦਾ ਕਹਿਣਾ ਹੈ ਕਿ ਬਿਲਕੁਲ ਪਕੌੜਿਆਂ ਦਾ ਮੌਸਮ ਹੈ, ਸੋ ਅਸੀਂ ਤਾਂ ਯੂ ਨੋ ਆਫਿਸ ਵਿੱਚ ਸ਼ਾਇਦ ਨਹੀਂ ਕਰ ਸਕਦੇ, ਤੁਸੀਂ ਡੈਫੀਨੇਟਲੀ ਕਰ ਸਕਦੇ ਹੋ। ਬਟ ਚਲੋ ਜੋਕਸ ਅਪਾਰਟ, ਜੋ ਅੱਜ ਦਾ ਕਿੱਸਾ ਹੈ ਉਹ ਵੀ ਲੱਗਦਾ ਕਿ ਐਜ਼ ਅ ਪੇਰੈਂਟ ਕਿੰਨੇ ਸਾਰੇ ਚੈਲੇਂਜਸ ਆਉਂਦੇ ਹੈ। ਅਕਸਰ ਅਸੀਂ ਸੁਣਿਆ ਆਪਣੇ ਯੂ ਨੋ ਪੇਰੈਂਟਸ ਨੂੰ ਕਹਿੰਦੇ ਹਾਂ ਜਦੋਂ ਬੱਚੇ ਛੋਟੇ ਹੁੰਦੇ ਹੈ ਕਿ ਉਹ ਥੋੜ੍ਹੇ ਜਿਹੇ ਵੱਡੇ ਹੋ ਜਾਣਗੇ ਨਾ ਸਭ ਵਧੀਆ ਹੋ ਜਾਏਗਾ, ਇਟ ਵਿਲ ਬੀ ਈਜ਼ੀਅਰ। ਐਂਡ ਦੈਨ ਯੂ ਮਸਟ ਹੈਵ ਹਰਡ, ਇਹ ਵੀ ਸੁਣਿਆ ਹੋਣਾ ਹੈ ਜ਼ਰੂਰ, ਕਿ ਜਿਹੜੇ ਥੋੜ੍ਹੇ ਵੱਡੇ ਬੱਚਿਆਂ ਦੇ ਪੇਰੈਂਟਸ ਆ ਉਹ ਕਹਿੰਦੇ ਨਹੀਂ ਜੀ ਕੋਈ ਆਸਾਨ ਨਹੀਂ ਹੋਣ ਵਾਲਾ, ਚੈਲੇਂਜਸ ਜਿਹੜੇ ਹੈ ਉਹਨਾਂ ਦੀ ਸ਼ਕਲ ਬਦਲ ਜਾਂਦੀ ਹੈ, ਉਹਨਾਂ ਦੀ ਜਿਹੜੀ ਕਿਸਮ ਹੈ ਯੂ ਨੋ ਸਟਾਈਲ ਉਹ ਕਾਇੰਡ ਹੈ ਉਹ ਬਦਲ ਜਾਂਦੀ ਹੈ, ਪਰ ਕਈ ਵਾਰੀ ਤਾਂ ਵੱਧਦੇ ਜਾਂਦੇ ਹੈ। ਸੋ ਡਿਪੈਂਡਿੰਗ ਕਿ ਤੁਹਾਡੀ ਸਟਰੈਂਥਸ ਕੀ ਹੈ, ਫਿਜ਼ੀਕਲ ਚੈਲੇਂਜ ਜ਼ਿਆਦਾ ਹੈ ਛੋਟੇ ਹੁੰਦੇ, ਇਮੋਸ਼ਨਲ ਐਂਡ ਮੈਂਟਲ ਸਟਰੈਂਥ ਚਾਹੀਦੀ ਹੈ ਇਨ ਦ ਵੈਨ ਦ ਕਿਡਸ ਗਰੋ ਅਪ। ਸੋ ਹੁਣ ਜਿਹੜੇ ਇਹ ਕਾਫੀ ਸ਼ਿਸ਼ੂ ਪੰਚ ਪਏ ਹੋਏ ਆ, ਜਿਨ੍ਹਾਂ ਜਿਸ ਫੈਮਿਲੀ ਨੇ ਯੂ ਨੋ ਕੋਂਟੈਕਟ ਕੀਤਾ, ਕਹਿ ਰਹੇ ਕਿ ਅਜੀਬ ਜੀ ਸਿਚੁਏਸ਼ਨ ਹੈ, ਬੇਟੀ ਬੜੀ ਸਿਆਣੀ ਹੈ, ਯੂ ਨੋ ਕੋਈ ਗਿਲਾ ਨਹੀਂ ਹੁਣ ਤੱਕ ਉਹਨੇ ਦਿੱਤਾ, ਔਰ ਅੱਜ ਕੱਲ੍ਹ ਜਿਹਨੂੰ ਡੇਟ ਕਰ ਰਹੀ ਹੈ ਉਹ ਆ ਕੇ ਅਸੀਂ ਗੱਲ ਪੁੱਛੀਏ ਵੀ ਕੀ ਗੱਲ, ਬਹੁਤ ਤੁਸੀਂ ਆਪਸ ਵਿੱਚ ਕਹਿੰਦੀ ਹੈ ਕਿ ਬਿਲਕੁਲ ਅਸੀਂ ਡਿਸਾਈਡ ਕਰ ਲਿਆ ਅਸੀਂ ਵਿਆਹ ਕਰਨਾ, ਔਰ ਮੁੰਡਾ ਜਿਹੜਾ ਹੈ ਉਹ ਆਪਣੀ ਕਮਿਊਨਿਟੀ ਦਾ ਹੈ, ਬਟ ਪ੍ਰੋਬਲਮ ਇਹ ਹੈ ਕਿ ਉਸ ਫੈਮਿਲੀ 'ਚੋਂ ਹੈ ਜਿਹੜਾ ਕਿ ਅਸੀਂ ਕੋਈ ਕੁਛ ਸਾਲ ਪਹਿਲੇ ਅਸੀਂ ਪਾਰਟਨਰਸ਼ਿਪ ਕੀਤੀ ਸੀ, ਸ਼ੁਰੂਆਤ ਹੋਈ ਪਾਰਟਨਰਸ਼ਿਪ ਉੱਥੋਂ ਹੀ ਪਤਾ ਲੱਗ ਗਿਆ ਕਿ ਉਹ ਬਿਲਕੁਲ ਜਿਵੇਂ ਚੀਟ ਕਰਨ ਦਾ ਇੰਟੈਂਸ਼ਨ ਨਾਲ ਪਾਰਟਨਰਸ਼ਿਪ ਕੀਤੀ ਉਹਨਾਂ ਨੇ, ਔਰ ਕਪਲ ਆਫ ਮੰਥਸ ਦੇ ਵਿੱਚ ਹੀ 8 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਾਫੀ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਜਿਹਦੇ ਨਾਲ ਬਹੁਤ ਯੂ ਨੋ ਦਿਲ ਨੂੰ ਦੁਖਾਇਆ। ਸੋ ਥੈਂਕਫੁਲੀ ਕਹਿੰਦੇ ਨੇ ਕਿ 8 ਮਹੀਨੇ ਬਾਅਦ ਅਸੀਂ ਬਿਲਕੁਲ ਕਹਿਤਾ ਕਿ ਅਸੀਂ ਇਸ ਚੀਜ਼ ਨੂੰ ਅੱਗੇ ਨਹੀਂ ਵਧਾਉਣਾ, ਤੁਸੀਂ ਪਾਰਟਨਰਸ਼ਿਪ ਖਤਮ ਕਰਨੀ ਆ ਅਸੀਂ। ਸੋ ਕਿਸੇ ਤਰ੍ਹਾਂ ਕਿਸੇ ਹੋਰ ਨੂੰ ਵਿੱਚ ਪਾ ਕੇ ਅਸੀਂ ਆਪਣਾ ਨਾਮ ਬਾਹਰ ਕੱਢ ਲਿਆ, ਕਿਉਂਕਿ ਉਹਦੇ 'ਚ ਉਹ ਗਲਤ ਕੰਮ ਦੀ ਇੰਡੀਕੇਸ਼ਨ ਸੀ ਕਿ ਇਹ ਗਲਤ ਤਰੀਕੇ ਨਾਲ ਕੰਮ ਕਰਨਾ ਚਾਹ ਰਹੇ ਹੈ। ਸੋ ਪੈਸੇ ਜਿਹੜੇ ਅਸੀਂ ਲਾ ਚੁੱਕੇ ਸੀ ਉਹ ਕੁਛ ਸ਼ਾਇਦ ਹੁਣ ਵੀ ਬਾਕੀ ਨੇ, ਅਸੀਂ ਇਗਨੋਰ ਹੀ ਕਰਤਾ ਕਿ ਬਈ ਖਤਮ ਹੀ, ਅਸੀਂ ਕਹਾਣੀ ਨਹੀਂ ਬੰਦ ਕਰ ਦਿਉ, ਪਰ ਕੁਛ ਜਿਹੜਾ ਉਹਨਾਂ ਨੇ ਰਿਟਰਨ ਕੀਤੇ ਉਹ ਬੜੀ ਮੁਸ਼ਕਿਲ ਨਾਲ ਯੂ ਨੋ ਥੋੜ੍ਹੀ ਥੋੜ੍ਹੀ ਅਮਾਊਂਟ ਕਰਕੇ ਕਿਸੇ ਦੇ ਥਰੂ ਬੜੀ ਵਾਰੀ ਕਹਿ ਕੇ, ਜਦੋਂ ਗੱਲ ਨਵੀਂ ਸੀ ਤਾਂ 1-2 ਸਾਲ ਅਸੀਂ ਕਾਫੀ ਪਿੱਛੇ ਪਏ ਰਹੇ, ਕਦੀ ਕਿਸੇ ਤੋਂ ਕੁਆਣਾ ਕਦੀ ਕਿਸ ਤੋਂ, ਫਿਰ ਇਹੀ ਲੱਗਿਆ ਕਿ ਇਹਨਾਂ ਨਾਲ ਫਾਇਦਾ ਹੀ ਨਹੀਂ ਹੈ, ਕਿਉਂਕਿ ਅਸੀਂ ਥੋੜ੍ਹੇ ਕੌਨਫਰੰਟੇਸ਼ਨਲ ਨਹੀਂ ਹਾਂ, ਅਸੀਂ ਬਈ ਜਾ ਕੇ ਲੜੀਏ ਜਾ ਕੇ ਗੁੱਸੇ ਹੋ ਜਾਈਏ ਗੱਲਬਾਤ ਕਰੀਏ ਉਹਨਾਂ 'ਚੋਂ ਨਹੀਂ ਹੈਗੇ। ਸੋ ਅਲਟੀਮੇਟਲੀ ਜਦੋਂ ਆਪਣਾ ਗੁੱਸਾ ਅੰਦਰੋਂ ਠੰਡਾ ਹੋਇਆ, ਲੱਗਿਆ ਕਿ ਚਲੋ ਸ਼ੁਕਰ ਹੈ ਇਹਦੇ 'ਚ ਹੀ ਯੂ ਨੋ ਨਵੇਰਾ ਹੋ ਗਿਆ, ਬਚ ਗਏ ਹਾਂ, ਭੁੱਲ ਜਾਂਦੇ ਹਾਂ, ਕਿਉਂਕਿ ਰੋਜ਼ ਰੋਜ਼ ਦੀ ਜਿਹੜੀ ਸਿਰਦਰਦੀ ਹੈ ਖੱਪਣਾ ਹੈ ਉਹ ਨਹੀਂ ਸਾਨੂੰ ਚਾਹੀਦਾ, ਸੋ ਅਸੀਂ ਅਵੋਇਡ ਕਰਨ ਲੱਗ ਗਏ। ਔਰ ਫਿਰ ਓਵਰਆਲ ਕਿਉਂਕਿ ਸੇਮ ਕਮਿਊਨਿਟੀ 'ਚੋਂ ਹੈ, ਹੈਲੋ ਹਾਏ ਸਾਰਿਆਂ ਦੇ ਸਾਹਮਣੇ ਉਹ ਕੰਟੀਨਿਊ ਰਹੀ, ਮਤਲਬ ਜ਼ਾਹਰਾ ਤੌਰ 'ਤੇ ਨਾ ਲੜਾਈ ਹੋਈ, ਜ਼ਾਹਰਾ ਤੌਰ 'ਤੇ ਨਾ ਉਹ ਹੈ, ਬਸ ਜਿਵੇਂ ਦੱਬ ਗਈ ਗੱਲ, ਪਰ ਅੰਦਰੋਂ ਸਾਨੂੰ ਪਤਾ ਹੈ ਕਿ ਮਨ ਬੜਾ ਖੱਟਾ ਹੈ ਉਹਨਾਂ ਵੱਲ, ਔਰ ਕੋਈ ਪਲੈਜ਼ੈਂਟਨੈਸ ਨਹੀਂ ਹੈ ਇਹ ਸਾਨੂੰ ਪਤਾ ਹੈ, ਬਾਕੀ ਕਮਿਊਨਿਟੀ ਦੇ ਹਿਸਾਬ ਨਾਲ ਹੈਲੋ ਹਾਏ ਹੈਗੀ ਹੈ, ਦੈਟਸ ਫਾਈਨ। ਪਰ ਹੁਣ ਕੁੜੀ ਅਤੇ ਉਸ ਫੈਮਿਲੀ ਦਾ ਮੁੰਡਾ ਦੇ ਵਾਂਟ ਟੂ ਬੀ ਟੂਗੈਦਰ, ਐਂਡ ਇਹ ਵੀ ਕਹਿ ਰਹੇ ਨੇ ਕਿ ਅਸੀਂ ਵਿਆਹ ਕਰਨਾ ਚਾਹੁੰਦੇ ਹਾਂ, ਕਿ ਕੀ ਕਰੀਏ, ਕੁੜੀ ਦੀ ਖੁਸ਼ੀ ਹੈ ਬਟ ਕੁੜੀ ਨੂੰ ਪਤਾ ਹੈ ਕਿ ਪਹਿਲੇ ਕਹਿੰਦੇ ਅਸੀਂ ਥੋੜ੍ਹਾ ਅਵੋਇਡ ਕਰ ਸੀ, ਛੋਟੀ ਸੀ ਜਦੋਂ ਹੋਇਆ ਸੀ ਉਹ, ਆਲਮੋਸਟ ਕਹਿੰਦੇ ਨੇ 12 ਸਾਲ ਹੋ ਗਏ ਉਸ ਗੱਲ ਨੂੰ, ਔਰ 3-4 ਸਾਲ ਉਹ ਲਟਕਦੀ ਵੀ ਰਹੀ ਗੱਲ, ਪਰ ਉਸ ਤੋਂ ਬਾਅਦ ਅਸੀਂ ਜਿਵੇਂ ਮਿੱਟੀ ਪਾਓ ਕਹਿੰਦੇ ਹਾਂ ਨਾ ਉਸ ਤਰ੍ਹਾਂ ਵਾਲੀ ਕੀਤੀ ਹੋਈ ਹੈ, ਪਰ ਅੰਦਰੋਂ ਅੰਦਰੋਂ ਕੋਲਡ ਜਿਹੜੀ ਅਨਪ੍ਰੈਜ਼ੈਂਟਨੈਸ ਹੈ ਉਹ ਚੱਲ ਰਹੀ ਹੈ। ਕੁੜੀ ਨੂੰ ਪਤਾ ਵੀ ਹੈ ਕਹਿੰਦੇ ਨੇ, ਪਰ ਉਹ ਕਹਿੰਦੇ ਨੇ ਇਕੱਠੇ ਕਾਲਜ ਗਏ ਨੇ, ਉਹ ਸਿਮਿਲਰ ਕਮਿਊਨਿਟੀ ਦੇ ਵਿੱਚ ਨੇ, ਸੋ ਹੋਰ ਵੀ ਮੌਕਿਆਂ 'ਤੇ ਅਸੀਂ ਵੀ ਮਿਲਦੇ ਹਾਂ, ਕਾਮਨ ਫਰੈਂਡਸ ਹੈ ਸਾਡੇ, ਪਰ ਉਹ ਕਦੋਂ ਕਲੋਜ਼ ਹੋਏ, ਕੀ ਉਹਨਾਂ ਨੇ ਆਪਸ ਕਦੋਂ ਡਿਸਾਈਡ ਕੀਤਾ ਸਾਨੂੰ ਨਹੀਂ ਪਤਾ, ਬਟ
ਇਹੀ ਸੀਗਾ ਕਿ ਬੱਚੇ ਆਪਸ ਮਿਲਦੇ ਕਰਦੇ ਆ ਇੰਨਾ ਨਹੀਂ ਫਰਕ ਪੈਂਦਾ, ਪਰ ਹੁਣ ਲੇਟਲੀ ਜਦੋਂ ਰੀਸੈਂਟਲੀ ਇਹ ਗੱਲ ਪਤਾ ਲੱਗੀ ਹੈ ਅਸੀਂ ਬੜੇ ਪਰੇਸ਼ਾਨ ਹਾਂ, ਕਿਉਂਕਿ ਇੱਕ ਤਾਂ ਫੈਮਲੀ ਪਸੰਦ ਨਹੀਂ ਹੈ ਸਾਨੂੰ, ਔਰ ਦੂਜਾ ਚਲੋ ਗੱਲ ਖਤਮ ਵੀ ਹੋ ਗਈ, ਉਹ ਵੀ ਡਿਫਰੈਂਟ ਬਿਜ਼ਨਸ ਵਿੱਚ ਹੈ, ਅਸੀਂ ਵੀ ਡਿਫਰੈਂਟ ਬਿਜ਼ਨਸ 'ਚ ਹੈਗੇ ਹਾਂ, ਕੋਈ ਉਸ ਤਰ੍ਹਾਂ ਕੰਪੈਟੀਟਿਵਨੈਸ ਨਹੀਂ ਹੈ, ਪਰ ਓਵਰਆਲ ਇੱਕ ਜਿਹੜਾ ਮਨ ਦਾ ਹੋਇਆ ਹੋਇਆ, ਜਿਵੇਂ ਕਹਿੰਦੇ ਸ਼ੀਸ਼ੇ 'ਤੇ ਤਰੇੜ ਆਈ ਹੋਈ ਹੈ, ਉਹ ਕਿਵੇਂ ਭਰੇਗੀ ਫੈਮਲੀਜ਼ ਆਪਸ ਵਿੱਚ, ਇਹਨਾਂ ਵਾਸਤੇ ਬੱਚਿਆਂ ਵਾਸਤੇ ਹੀ ਮੁਸ਼ਕਿਲ ਹੋਏਗੀ। ਸੋ ਅਸੀਂ ਬਿਲਕੁਲ ਕਰਨਾ ਨਹੀਂ ਚਾਹੁੰਦੇ ਵਿਆਹ ਇੱਥੇ, ਪਰ ਬੱਚੇ ਇਸ ਵੇਲੇ ਕੁੜੀ ਅਗਰ ਇਨਸਿਸਟ ਕਰ ਰਹੀ ਹੈ ਤਾਂ ਕਿਸ ਤਰ੍ਹਾਂ ਪੇਸ਼ ਆਈਏ, ਕਿਵੇਂ ਉਸ ਚੀਜ਼ ਨੂੰ ਡੀਲ ਕਰੀਏ, ਸਾਰਿਆਂ ਨੂੰ ਪੁੱਛ ਰਹੇ ਨੇ, ਜ਼ਰੂਰ ਦੱਸੋ ਕਿ ਆਈ ਨੋ ਸਮਟਾਈਮਸ ਇਟਸ ਵੈਰੀ ਹਾਰਡ ਕਿ ਇੱਕ ਪਾਸੇ ਬੱਚਾ ਹੈ, ਦੂਜੇ ਪਾਸੇ ਤੁਹਾਡੀ ਆਪਣੀ ਯੂ ਨੋ ਇਮੋਸ਼ਨਲ ਸਟੇਟ ਹੈ, ਜਾਂ ਤੁਹਾਡੀ ਆਪਣੇ ਪ੍ਰਿੰਸੀਪਲਸ ਹੈ, ਜਾਂ ਯੂ ਨੋ ਵਟ ਐਵਰ ਯੂ ਕਾਲ ਇਟ, ਕਿ ਆਪਣੀ ਇੱਕ ਦਿਲ ਦੀ ਇੱਛਾ ਹੈ ਕਿ ਇਹ ਚੀਜ਼ ਨਾ ਹੋਏ, ਔਰ ਬੱਚਾ ਵੀ ਇਹ ਨਹੀਂ ਕਿ ਕੋਈ ਛੋਟੀ ਜਿਹੀ ਚੀਜ਼ ਮੰਗ ਰਿਹਾ, ਉਹ ਸੋਚ ਰਿਹਾ ਕਿ ਮੇਰੇ ਵਾਸਤੇ ਉਹੀ ਚੀਜ਼ ਸਭ ਕੁਝ ਹੈ ਇਸ ਵੇਲੇ। ਸੋ ਸਟੇਕ 'ਤੇ ਜਿਹੜਾ ਹੈਗਾ ਉਹ ਕਾਫੀ ਇਸ ਵੇਲੇ ਲੱਗਦਾ ਹੈ ਕਿ ਬਹੁਤ ਕੁਛ ਹੈ। ਸੋ ਪਲੀਜ਼ ਜ਼ਰੂਰ ਕਾਲ ਕਰੋ, ਅਗਰ ਇਹ ਸੇਮ ਸਿਚੁਏਸ਼ਨ ਨਹੀਂ ਤਾਂ ਸਿਮਿਲਰ ਸਿਚੁਏਸ਼ਨ ਆਈ ਐਮ ਸ਼ੋਰ ਬੜਿਆਂ ਨੇ ਫੇਸ ਕੀਤੀ ਹੋਣੀ ਹੈ, ਕਿ ਬੱਚੇ ਕਈ ਵਾਰੀ ਉਸ ਤਰ੍ਹਾਂ ਦੀਆਂ ਚੀਜ਼ਾਂ ਮੰਗ ਲੈਂਦੇ ਹੈ ਜਿਹੜੀ ਕਿ ਤੁਸੀਂ ਬਿਲਕੁਲ ਵੀ ਦੇਣਾ ਨਹੀਂ ਚਾਹੁੰਦੇ, ਔਰ ਐਟ ਦਾ ਸਰਫੇਸ ਤੁਹਾਨੂੰ ਲੱਗਦਾ ਕਿ ਨਹੀਂ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ, ਤੁਸੀਂ ਸੋਚਿਆ ਕਿਵੇਂ ਹੈ, ਯੂ ਨੋ ਇਹਨਾਂ ਦੀ ਵੀ ਇਹੀ ਸਥਿਤੀ ਹੈਗੀ ਹੈ ਹੁਣੇ ਕਿ ਬੱਚਾ ਇਸ ਤਰ੍ਹਾਂ ਸੋਚ ਕਿਵੇਂ ਸਕਦਾ ਹੈ। ਪਰ ਉੱਪਰੋਂ ਅਸੀਂ ਠਹਿਰ ਕੇ ਬੈਠ ਕੇ ਗੱਲ ਕਰ ਚੁੱਕੇ ਹਾਂ, ਕੋਈ ਇੱਕ ਕਾਮਨ ਫਰੈਂਡਸ ਹੈਗੇ ਹੈ ਜਿਹੜੇ ਕਿ ਜਿਨ੍ਹਾਂ ਨੂੰ ਉਹਦਾ ਵੀ ਪਤਾ ਸੀ, ਸਾਡਾ ਵੀ ਪਤਾ ਸੀ, ਬੜੇ ਕਲੋਜ਼ ਨੇ, ਉਹਨਾਂ ਨੂੰ ਵੀ ਬਿਠਾ ਕੇ ਗੱਲ ਕਰ ਚੁੱਕੇ ਹਾਂ, ਪਰ ਕੁੜੀ ਡਿਟਰਮਿੰਡ ਹੈ ਕਿ ਮੈਨੂੰ ਕੁਛ ਨਹੀਂ ਲੈਣਾ ਦੇਣਾ, ਪਰਸਨਲ ਲੈਵਲ 'ਤੇ ਮੈਨੂੰ ਉਹ ਪਿਆਰ ਕਰਦੇ ਨੇ, ਮੈਨੂੰ ਬਿਜ਼ਨਸ ਡੀਲ ਦਾ ਕੁਛ ਨਹੀਂ ਪਤਾ, ਮੈਨੂੰ ਉਹ ਪਿਆਰ ਕਰਦੇ ਨੇ ਪੇਰੈਂਟਸ ਵੀ, ਔਰ ਮੈਂ ਮੁੰਡੇ ਨਾਲ ਬਹੁਤ ਖੁਸ਼ ਹਾਂ, ਬਹੁਤ ਜ਼ਿਆਦਾ ਸਾਡਾ ਆਪਸ 'ਚ ਯੂ ਨੋ ਮੈਚ ਕਰਦਾ, ਅਤੇ ਅਸੀਂ ਇੱਕ ਦੂਜੇ ਨਾਲ ਮਤਲਬ ਸਲਾਹ ਕਰ ਚੁੱਕੇ ਹਾਂ ਕਿ ਅਸੀਂ ਜ਼ਰੂਰ ਵਿਆਹ ਕਰਾਉਣਾ। ਸੋ ਕੀ ਕਹਿੰਦੇ ਹੋ ਇਹਨਾਂ ਨੂੰ, ਜ਼ਰੂਰ ਦੱਸੋ। ਇੰਜ ਕਰਦੀ ਹਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲੈਂਦੀ ਹਾਂ, ਤੁਸੀਂ ਸੋਚ ਕੇ ਰੱਖੋ ਕਿਉਂਕਿ ਸੈਂਸਿਟਿਵ ਮਾਮਲਾ ਹੈ, ਘਰ ਦੀਆਂ ਕੁੜੀਆਂ ਦਾ ਮਾਮਲਾ ਹੈ, ਔਰ ਕਿਸ ਤਰ੍ਹਾਂ ਪੇਸ਼ ਆਈਏ ਇਹ ਹਰ ਪੇਰੈਂਟ ਨੂੰ ਬੜਾ ਇੱਕ ਮੁਸ਼ਕਿਲ ਜਿਹਾ ਸਵਾਲ ਹੈ। ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ।